ਜ਼ਿਆਦਾਤਰ ਲਾਉਂਦੇ ਨਹੀਂ ਗੇ, ਅਤੇ ਜੋ ਇਹ ਆਪਣਾ ਸਾਈਡਾਂ 'ਤੇ ਜੋ ਚਾਰ ਦੀਵਾਰੀ ਆ, ਇੱਥੇ ਨਾ ਤਾਂ ਸੂਰ ਆਉਂਦਾ ਅਤੇ ਨਾ ਹੀ ਰੋਜ਼ ਵਗੈਰਾ ਆਉਂਦੇ ਆ, ਅਤੇ ਅਸੀਂ ਚਾਰ ਦੀਵਾਰੀ 'ਤੇ ਜਿਵੇਂ ਆ ਤਾਰ ਲੱਗੀ ਹੈ ਅਤੇ ਨਾਲ ਲਾ ਦਿੰਦੇ ਹਾਂ। ਇਹਦੇ ਨਾਲ ਜਿਵੇਂ ਇੱਕ ਤਾਂ ਸਾਨੂੰ ਆਮ ਜਿਹੜਾ ਦੇਸੀ ਆਪਣਾ ਘਰ ਦਾ ਗੁੜ ਹੁੰਦਾ ਗਾ ਉਹ ਮਿਲ ਜਾਂਦਾ ਗਾ, ਅਤੇ ਇੱਕ ਇਹ ਔਰਗੈਨਿਕ ਰੱਖਿਆ ਜਾਂਦਾ, ਇਹਦੇ 'ਤੇ ਕੋਈ ਸਪਰੇਅ ਨਹੀਂ ਅਤੇ ਕੋਈ ਇਹਨੂੰ ਖਾਦ ਖੁਰਾਕ ਨਹੀਂ ਪਾਈ ਜਾਂਦੀ, ਬਸ ਕੇਰਾਂ ਇਹਨੂੰ ਲਾਇਆ ਗਾ ਅਤੇ ਸਾਲ ਹੋ ਗਿਆ ਇਹਨੂੰ, ਪਹਿਲਾਂ 2 ਸਾਲ ਹੋ ਗਏ ਵੈਸੇ ਇਹਨੂੰ ਲਾਏ ਨੂੰ, ਅਤੇ ਉਸ ਪਹਿਲਾਂ ਪਿਛਲੇ ਸਾਲ ਉੱਪਰੋਂ ਇਹ ਕੱਟ ਲਿਆ ਸੀਗਾ, ਅਤੇ ਐਤਕੀ ਫਿਰ ਇਹ ਵੈਸੇ ਜਿਹੜੇ ਲੱਗੇ ਨੂੰ ਹੋ ਗਏ 2 ਸਾਲ, ਅਤੇ ਪਿਛਲੇ ਸਾਲ ਉੱਪਰ ਇਹਨੂੰ ਕੱਟ ਲਿਆ ਸੀਗਾ, ਅਤੇ ਇਹਨੇ ਫਿਰ ਫੁੱਟ ਲੈ ਲਈ, ਅਤੇ ਹੁਣ ਵੀ ਇਹ ਔਰਗੈਨਿਕ ਹੀ ਹੈ ਸਾਰਾ ਇਹ, ਅਤੇ ਘਰੇ ਖਾਣ ਨੂੰ ਜਿਹੜਾ ਗੁੜ ਹੈਗਾ ਇਹ ਸਾਨੂੰ ਵਧੀਆ ਮਿਲ ਜਾਂਦਾ। ਜਿਹੜੀ ਵਰਾਇਟੀ ਹੈ ਇਹ 85 ਵਰਾਇਟੀ ਆ, ਇਹ ਕਿਸੇ ਯਾਰ ਦੋਸਤ ਤੋਂ ਹੀ ਲੈ ਕੇ ਆਉਂਦੀ ਸੀ ਮੈਂ, ਅਤੇ ਆਮ ਇਹ ਵਧੀਆ ਰਹਿੰਦਾ ਗਾ ਇਹਦਾ ਗੁੜ ਵੀ, ਅਤੇ ਵੈਸੇ ਇਹ ਜ਼ਿਆਦਾਤਰ ਜੂਸ ਨੂੰ ਵਰਤਿਆ ਜਾਂਦਾ, ਮਿੱਠਾ ਹੁੰਦਾ ਥੋੜ੍ਹਾ ਜਿਹਾ, ਖਾ ਚੂਪਣ ਦੇ ਵਿੱਚ ਵੀ ਪੋਲਾ ਹੁੰਦਾ ਹੈ, ਅਤੇ ਕਾਣਾ ਇੰਨ ਹੋ ਜਾਂਦਾ ਗਾ ਪਰ ਤਕਰੀਬਨ ਜਿਵੇਂ ਇੰਨਾ ਨਹੀਂ ਹੁੰਦਾ ਗਾ, ਕਿਉਂਕਿ ਆਸੇ ਪਾਸੇ ਸਪਰੇਆਂ ਹੁੰਦੀਆਂ ਹੀ ਰਹਿੰਦੀਆਂ ਦੂਜੇ ਵਾਹਨਾਂ 'ਚ, ਅਤੇ ਇੰਨਾ ਨਹੀਂ, ਮਾੜਾ ਮੋਟਾ ਹੋ ਵੀ ਜਾਂਦਾ ਕਾਣਾ ਉਹ ਕੱਢ ਦੇਈਦਾ ਵਿੱਚੋਂ, ਅਤੇ ਪਰ ਅਸੀਂ ਤਾਂ ਕਦੇ ਸਪਰੇਅ ਕਰੀ ਨਹੀਂ ਗੀ, ਅਤੇ ਇਹਦੀ ਵੈਸੇ ਦੇਖ ਰੇਖ ਵੀ ਅਸੀਂ ਇੰਨੀ ਹੁੰਦੀ ਨਹੀਂ, ਕਿਉਂਕਿ ਜਿਹੜਾ ਕੰਮ ਹੈਗਾ ਨਰਸਰੀ ਦੇ ਵਿੱਚ ਹੀ ਜ਼ਿਆਦਾਤਰ ਅਸੀਂ ਉਹਦੀ ਦੇਖ ਰੇਖ ਕਰਦੇ ਹਾਂ, ਇਹਦਾ ਤਾਂ ਬਸ ਜਿਵੇਂ ਮਾਰਨ ਨੇ ਜਿਵੇਂ ਕਰਤਾ ਆਪ ਉਵੇਂ ਹੋ ਜਾਂਦਾ ਗਾ, ਇਹਦੇ ਵੈਸੇ ਅਸੀਂ ਇਹਦੇ 'ਚ ਇੰਨਾ ਜ਼ੋਰ ਨਹੀਂ ਲਾਉਂਦੇ ਇਹਨੂੰ ਕਰਨ ਵਾਸਤੇ, ਪਰ ਇਹ ਵਧੀਆ ਹੋ ਜਾਂਦਾ ਗਾ। ਪਿਛਲੇ ਸਾਲ ਵੀ ਕੁਇੰਟਲ ਕੁ ਗੁੜ ਜਿਵੇਂ ਵਿਰਲਾ ਹੀ ਸੀਗਾ ਵਿੱਚ ਵੀ ਸਾਰੇ ਜਿਵੇਂ ਕਿੱਲਾ ਸੀਗਾ ਇਹ, ਅਤੇ ਚਾਰ ਦੀਵਾਰੀ 'ਤੇ ਵੀ ਨਹੀਂ ਲੱਗਿਆ ਸੀਗਾ, ਇਹ 3 ਪਾਸੇ ਲੱਗਿਆ ਸੀ ਅਤੇ ਵਿੱਚ ਵੀ ਵਿਰਲਾ ਲਾਇਆ ਸੀਗਾ, ਅਤੇ ਉਹ ਸਾਨੂੰ ਵਧੀਆ ਗੁੜ ਸਾਨੂੰ ਜਿਵੇਂ ਮੁੱਕਿਆ ਨਹੀਂ ਗਾ, ਅਤੇ ਵਧੀਆ ਗੁੜ ਨਿਕਲਿਆ ਹੁੰਦਾ ਇਹਦੇ 'ਚੋਂ। ਇਹਦੇ ਵੈਸੇ 2 ਵਾਰੀ ਲੱਗਦਾ ਗਾ ਸਾਲ 'ਚ, ਹੁਣ ਜਿਵੇਂ ਹੁਣ ਵੀ ਇਹਦਾ ਸਹੀ ਸਮਾਂ ਜਿਵੇਂ ਆਹ ਅੱਖਾਂ ਹੈਗੀਆਂ, ਅਤੇ ਜਿਵੇਂ ਇਹਦੀਆਂ ਅੱਖਾਂ ਕੱਟ ਕੇ ਵੀ ਲਾ ਦਿੰਦੇ ਆ, ਕਈ ਗੰਨਾ ਵੀ ਨੱਪ ਦਿੰਦੇ 2-2 ਪੋਰੀਆਂ ਅਲੱਗ ਅਲੱਗ ਕਈ ਟਰੀਆਂ ਦੇ ਵਿੱਚ ਤਿਆਰ ਕਰ ਲੈਂਦੇ ਆ, ਜਿਵੇਂ ਜਿਵੇਂ ਐਡਵਾਂਸ ਜਿਵੇਂ ਜਿਵੇਂ ਤਕਨੀਕਾਂ ਵਧੀ ਜਾਂਦੀਆਂ ਉਵੇਂ ਜਿਵੇਂ ਜਿਵੇਂ ਜ਼ਮਾਨਾ ਚੇਂਜ ਹੁੰਦਾ ਉਵੇਂ ਉਵੇਂ ਸਾਰੀਆਂ ਚੀਜ਼ਾਂ ਚੇਂਜ ਹੋਈ ਜਾਂਦੀਆਂ ਗਾ। ਪਹਿਲਾਂ ਜਿਵੇਂ ਆਪਾਂ ਪੋਰੀਆਂ ਨੱਪਦੇ ਸੀਗੇ, ਅਤੇ ਹੁਣ ਜਿਹੜਾ ਹੈਗਾ ਇਹਦੀਆਂ ਅੱਖਾਂ ਕੱਢ ਕੇ ਵੀ ਨੱਪ ਲੈਂਦੇ ਆ, ਟਰੀਆਂ 'ਚ ਤਿਆਰ ਕਰ ਲੈਂਦੇ ਆ। ਇਸ ਤਰੀਕੇ ਨਾਲ ਇਹ ਜਿਹੜਾ ਹੁਣ ਵੀ ਸਹੀ ਸਮਾਂ ਇਹਦਾ ਲੱਗ ਜੂਗਾ, ਇਸ ਤੋਂ ਬਾਅਦ ਇਹ ਸਾਲ ਦੇ ਵਿੱਚ ਸਾਲ ਦੀ ਫਸਲ ਹੁੰਦੀ ਆ ਇਹ, ਅਤੇ ਵਧੀਆ ਜਿਹੜਾ ਸਾਲ ਦੇ ਵਿੱਚ ਤਿਆਰ ਹੋ ਜਾਂਦਾ ਕਹਿੰਦਾ। ਇਹ ਜਿਵੇਂ ਮੰਨ ਲਓ ਤੁਸੀਂ ਜਿਵੇਂ ਸਾਡਾ ਹੁਣ ਨਰਸਰੀ ਦਾ ਕੰਮ ਆ, ਅਤੇ ਜ਼ਿਆਦਾਤਰ ਅਸੀਂ ਸਬਜ਼ੀਆਂ ਦੇ ਵਿੱਚ ਹੀ ਆਪਾਂ ਹੈਗੇ ਹਾਂ, ਅਤੇ ਸਬਜ਼ੀਆਂ ਦੇ ਪਨੀਰੀ ਤਿਆਰ ਕਰਦੇ ਜਾਂ ਫਲਾਂ ਦੇ ਬੂਟੇ ਹੁੰਦੇ ਆਪਣੇ ਕੋਲ, ਇਹ ਜਿਹੜਾ ਅਸੀਂ ਇਹ ਚਾਰ ਦੀਵਾਰੀ 'ਤੇ ਲਾਉਣੇ ਹੁੰਦੇ ਹਾਂ, ਜਿਵੇਂ ਇਹਦੀ ਜਾਣਕਾਰੀ ਮੈਂ ਦੱਸ ਦਿੰਦਾ, ਜੇ ਕਿਸੇ ਨੇ ਲਾਉਣਾ ਵੀ ਹੋਵੇ ਜਿਵੇਂ ਜਿਵੇਂ ਕਿੱਲਾ ਹੈਗਾ ਕਿਸੇ ਦਾ ਅਤੇ ਆਸੇ ਪਾਸੇ ਲਾਉਣਾ, ਉਹ ਵਧੀਆ ਹੋ ਜਾਂਦਾ ਗਾ। ਉਹਦੇ 'ਚ ਐਂ ਹੁੰਦਾ ਕਈਆਂ ਨੂੰ ਵੀ ਰੋਜ਼ ਆਉਂਦੇ ਆ ਜਾਂ ਸੂਰ ਆਉਂਦੇ, ਉਹ ਥੋੜ੍ਹਾ ਜਿਹਾ ਕਰਦੇ ਆ, ਜਿਨ੍ਹਾਂ ਨੂੰ ਜਿਨ੍ਹਾਂ ਦੇ ਕੋਲ ਆਉਂਦੇ ਆ ਉਹ ਉੱਥੇ ਜਿਹੜੇ ਵਾਹਨ ਜਿਵੇਂ ਨਹਿਰਾਂ ਦੇ ਨੇੜੇ ਆ ਕਿਸੇ ਦੇ ਜਿਵੇਂ, ਅਤੇ ਜਿਨ੍ਹਾਂ ਦੇ ਕੋਲ ਵਾਹਨਾਂ ਦੇ ਨਹੀਂ ਆਉਂਦੇ ਗੇ ਸੂਰ, ਉਹਨਾਂ ਨੂੰ ਵਧੀਆ ਰਹਿੰਦਾ ਚਾਰ ਦੀਵਾਰੀ 'ਤੇ, ਇਹਦੇ ਬਾਹਲਾ ਕੁਛ ਕਰਨਾ ਨਹੀਂ ਪੈਂਦਾ, ਕੇਰਾਂ ਬਸ ਇਹਨਾਂ ਨੂੰ ਬੰਨ੍ਹਣਾ ਹੀ ਪੈਂਦਾ ਗਾ, ਹੋਰ ਕੋਈ ਇੰਨਾ ਹੈ ਨਹੀਂ ਗਾ ਇਹਦਾ। ਅਤੇ ਜ਼ਮੀਨ ਆਪਣੀ ਜ਼ਮੀਨ ਤਾਂ ਕੋਰ ਵਾਲੀ ਆ, ਵਧੀਆ ਇੱਥੇ ਜ਼ਮੀਨ ਦੇ ਵਿੱਚ ਹੋ ਜਾਂਦਾ ਗਾ ਇਹ ਵਧੀਆ ਜਿਹੜਾ ਗੰਨਾ ਗਾ, ਜੇ ਥੋੜ੍ਹਾ ਇਹਦੀ ਦੇਖ ਰੇਖ ਆਪਾਂ ਵਧੀਆ ਕਰ ਲਾਂਗੇ ਅਤੇ ਕੋਈ ਸਪਰੇਅ ਸਪਰੂ ਵਰਤ ਲਾਂਗੇ, ਫਿਰ ਤਾਂ ਇਹ ਬਹੁਤ ਵਧੀਆ ਸ਼ਾਨਦਾਰ ਹੋ ਜਾਂਦਾ ਗਾ।